मैं थोड़ा हरजाब तो हरेक मंडे 7 बजे तुसीं तो मैं आपस में गल्ला करांगे साड़ी कम्यूनिटी दियां साड़े बच्चों दियां साड़े बाहर रहिंदे NRI दियां साड़े देश दियां तो जो अजकल दे इशू हैगे सानू अफेक्ट करदे उन्हां दियां सो लेट्स टॉक विद हरजाब ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਵੈਲਕਮ ਟੂ ਦ ਸ਼ੋਅ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅੱਜ ਦੇ ਦਿਨ ਅਸੀਂ ਤੁਹਾਨੂੰ ਕੋਈ ਨਾ ਕੋਈ ਨਵੀਂ ਚੀਜ਼ ਦਿਖਾਈ ਦੀ ਹੈ ਜਾਂ ਕੋਈ ਨਾ ਕੋਈ ਤੁਹਾਨੂੰ ਕੋਈ ਬੰਦਿਆਂ ਨਾਲ ਮੁਲਾਕਾਤ ਕਰਾਈ ਦੀ ਜੋ ਕਿ ਕਮਿਊਨਿਟੀ ਦਾ ਭਲਾ ਕਰ ਰਹੇ ਆ ਅਗਲੇ ਕੁਝ ਸ਼ੋਆਂ ਵਿੱਚ ਵੀ ਇਦਾਂ ਦੀ ਮੁਲਾਕਾਤਾਂ ਹੋਣੀਆਂ ਪਰ ਅੱਜ ਸਾਡਾ ਇੱਕ ਅਖੀਰਲਾ ਰੈਪ ਅਪ ਸ਼ੋਅ ਆ ਪਿਛਲੇ 3-4 ਹਫ਼ਤਿਆਂ ਤੋਂ ਤੁਹਾਨੂੰ ਅਸੀਂ ਸ਼ੇਰੂ ਕਲਾਸਿਕ ਦਿਖਾ ਰਹੇ ਹਾਂ ਤੇ ਅੱਜ ਵੀ ਤੁਹਾਨੂੰ ਅਸੀਂ ਤਕਰੀਬਨ ਫਾਈਨਲਸ ਸਾਰੇ ਦਿਖਾਵਾਂਗੇ ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਮੇਰੇ ਨਾਲ ਉਹਨਾਂ ਦੇ ਜੋ ਦੋ ਮੇਨ ਔਰਗਨਾਈਜ਼ਰ ਆ ਮੇਰੇ ਨਾਲ ਆਇਓ ਆ ਜਿਹਨਾਂ ਤੁਸੀਂ ਬਹੁਤ ਜਾਣਦੇ ਅੱਛੀ ਤਰ੍ਹਾਂ ਅਤੇ ਪਿਆਰ ਨਾਲ ਤੁਸੀਂ ਕਈ ਵਾਰੀ ਇਹ ਦੇਖ ਚੁੱਕੇ ਹਾਂ TV 'ਤੇ ਇੱਕ ਤਾਂ ਸਾਡੇ ਸ਼ੇਰੂ ਭਾਅ ਜੀ ਹੈਗੇ ਆ ਜੋ ਕਿ ਅਮਰੀਕਾ ਤੋਂ ਤਾਜ਼ਾ ਤਾਜ਼ਾ ਆਏ ਸਾਡੇ ਨਾਲ ਇੱਥੇ ਮਿਲਣ ਅਤੇ ਇੱਕ ਸਾਡੇ ਜੈਕ ਚੀਮਾ ਭਾਅ ਜੀ ਜੋ ਕਿ ਸਾਡੇ ਨਾਲ ਹੁੰਦੇ ਆ ਤਕਰੀਬਨ ਕਈ ਵਾਰੀ ਤੁਸੀਂ ਅਕਸਰ ਦੇਖਿਆ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਸਾਰੇ ਵਿਊਅਰਸ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਅਤੇ ਬਹੁਤ ਖੁਸ਼ੀ ਇੰਗਲੈਂਡ ਵਾਪਸ ਆ ਕੇ ਤਾਂ ਥੈਂਕ ਯੂ ਫੋਰ ਹੈਵਿੰਗ ਅਸ ਇਨ ਯੋਰ TV ਸ਼ੋਅ ਟੂਡੇ ਐਜ਼ ਵੈਲ ਅਤੇ ਚੀਮਾ ਸਾਹਿਬ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਅਤੇ ਹੁਣ ਕਾਫੀ ਅਸੀਂ ਐਕਸਾਈਟਿਡ ਹਾਂ ਕਿ ਹੁਣ ਫਾਈਨਲੀ ਅਸੀਂ ਦਿਖਾਲਣ ਲੱਗੇ ਹਾਂ ਐਕਚੁਲੀ ਸ਼ੋਅ ਦੇ ਵਿੱਚ ਹੋ ਕੀ ਰਿਹਾ ਸੀਗਾ ਅਤੇ ਅਸੀਂ ਚਾਹੁੰਦੇ ਸੀਗੇ ਕਿ ਸਪੈਸ਼ਲੀ ਸ਼ੇਰੂ ਭਾਅ ਜੀ ਹੁਣੀ ਇੱਧਰ ਆ ਕੇ ਤੁਹਾਨੂੰ ਦੱਸ ਸਕਣ ਕਿ ਇਹ ਸ਼ੋਅ ਦਾ ਮਾਇਨਾ ਕੀ ਰਖਾਉਂਦਾ ਸੀਗਾ ਅਤੇ ਕਿੰਨਾ ਇਹਦੇ ਵਿੱਚ ਹਾਰਡਵਰਕ ਅਤੇ ਐਫਰਟ ਗਿਆ ਪਹਿਲਾਂ ਤਾਂ ਜਿਹੜੇ ਕੁਛ ਸਾਡੇ ਵਿਊਅਰਾਂ ਨੇ ਨਹੀਂ ਪਿਛਲੇ ਹਫ਼ਤਿਆਂ ਤੋਂ ਦੇਖਿਆ ਆ ਉਹਨਾਂ ਨੂੰ ਥੋੜ੍ਹਾ ਬੈਕਗਰਾਊਂਡ ਦੇ ਦਈਏ ਕਿ ਸ਼ੇਰੂ ਕਲਾਸਿਕ ਕਿਹੜੀ ਚੀਜ਼ ਸੀ ਕੀ ਇਵੈਂਟ ਸੀ ਭਾਅ ਜੀ ਤੁਸੀਂ ਸਾਨੂੰ ਬੈਕਗਰਾਊਂਡ ਦਿਓ ਕੁਛ ਚੀਜ਼ ਦੀ ਸ਼ੇਰੂ ਕਲਾਸਿਕ ਜੋ ਕਿ ਵਰਲਡ ਦਾ 3rd ਬਿਗੈਸਟ ਬੋਡੀ ਬਿਲਡਿੰਗ ਅਤੇ ਫਿਟਨੈਸ ਇਵੈਂਟ ਹੈਗਾ ਅੱਜ ਦੀ ਡੇਟ 'ਚ ਪੂਰੀ ਦੁਨੀਆ 'ਚ ਜਿਹਦਾ ਇਨਾਮ 150,000 US ਸੀਗਾ $1.5 lakh ਅਤੇ ਹਰੇਕ ਸਾਲ ਸਾਡੀ ਆਹੀ ਕੋਸ਼ਿਸ਼ ਹੈਗੀ ਆ ਕਿ ਸ਼ੋਅ ਵੱਡੇ ਤੋਂ ਵੱਡਾ ਹੋਏ ਬਟ ਇਸ ਦ ਮੇਨ ਪਰਪਸ ਆਫ ਦ ਇਵੈਂਟ ਵਾਸ ਟੂ ਫੋਰ ਦ ਅਵੇਅਰਨੈਸ ਆਫ ਹੈਲਥ ਫਿਟਨੈਸ ਅਤੇ ਬੋਡੀ ਬਿਲਡਿੰਗ ਸਪੋਰਟ ਜੋ ਇੰਡੀਆ 'ਚ ਬਹੁਤ ਅਨਰੈਕੋਗਨਾਈਜ਼ਡ ਹੈ ਮੈਂ ਆਪ ਇੱਕ ਬੋਡੀ ਬਿਲਡਰ ਰਿਹਾ ਜੋ ਜੋ ਤਕਲੀਫਾਂ ਹੁੰਦੀਆਂ ਲੋਕਾਂ ਨੂੰ ਇੰਡੀਆ ਰਹਿੰਦੇ ਹੋਏ ਤਾਂ ਕਿ ਬਿਕੋਜ਼ ਆਫ ਯੂ ਨੋ ਦ ਫੰਡਸ ਐਂਡ ਆਲ ਦ ਮੋਨਟਰੀ ਸਿਚੁਏਸ਼ਨਸ ਦ ਟੈਲੈਂਟ ਕਾਨ ਕਮ ਆਊਟ ਇਸ ਕਰਕੇ ਮੇਰਾ ਮੇਨ ਮਕਸਦ ਆਹੀ ਸੀਗਾ ਕਿ ਇਸ ਸਪੋਰਟ ਨੂੰ ਮੈਂ ਰੈਕੋਗਨਾਈਜ਼ਡ ਕਰਾਵਾਂ ਅਤੇ ਇੱਕ ਹਿੰਦੁਸਤਾਨ ਦਾ ਨਾਮ ਵੀ ਪੂਰੇ ਵਰਲਡ ਟੈਰੀਟਰੀ 'ਚ ਆਏ ਇਨ ਰਿਗਾਰਡਸ ਟੂ ਫਿਟਨੈਸ ਬੋਡੀ ਬਿਲਡਿੰਗ ਐਂਡ ਹੈਲਥ ਇੰਡੀਆ ਵਿੱਚੋਂ ਮੈਂ ਦੇਖੇ ਆ ਕਿ ਪਾਪੂਲੇਸ਼ਨ ਇੰਨੀ ਆ ਬਟ ਇਹਦੇ ਵਿੱਚ ਜਿਹੜੇ ਬੋਡੀ ਬਿਲਡਿੰਗ ਪ੍ਰੋਫੈਸ਼ਨਲ ਆ ਉਹ ਬੜੇ ਘੱਟ ਆ ਅਤੇ ਇਹ ਕੀ ਵਜ੍ਹਾ ਹੈ ਪਰ ਅਮਰੀਕਾ ਤੋਂ ਦੇਖੋ ਤੁਸੀਂ ਥੈਂ ਥੈਂ ਪ੍ਰੋਸ ਹੈਗੇ ਆ ਇੰਗਲੈਂਡ ਵਿੱਚ ਥੈਂ ਥੈਂ ਪ੍ਰੋਸ ਹੈਗੇ ਆ ਇਹ ਕੀ ਵਜ੍ਹਾ ਹੋ ਗਈ ਇਹਦੀ ਹੁਣ ਤੁਸੀਂ ਦੇਖਿਆ ਇੰਡੀਆ ਤੋਂ ਇੱਕ ਪ੍ਰੋਫੈਸ਼ਨਲ ਹੈਗਾ ਵਰਿੰਦਰ ਸਿੰਘ ਘੁੰਮਣ ਪੰਜਾਬ ਤੋਂ ਹਾਂਜੀ ਪੰਜਾਬ ਤੋਂ ਉਹਨੇ ਕੰਪੀਟ ਕੀਤਾ ਸੀ ਸ਼ੇਰੂ ਕਲਾਸ ਆਹ ਨਹੀਂ ਕਿ ਟੈਲੈਂਟ ਦੀ ਕਮੀ ਹੈ ਟੈਲੈਂਟ ਬਹੁਤ ਹੈ ਉਹੀ ਮੈਂ ਕਹਿ ਰਿਹਾ ਕਿ ਮੋਨੀਟਰੀ ਫੰਡਸ ਜਿੰਨੇ ਵੀ ਜਾਂ ਪੈਸੇ ਕਰਕੇ ਲੋਕ ਅੱਗੇ ਨਹੀਂ ਆ ਸਕਦੇ ਲੇਕਿਨ ਹੁਣ ਜਿੱਦਾਂ ਆਹ ਗੇਮ ਨੂੰ ਆਪਾਂ ਇੰਡੀਆ ਲੈ ਕੇ ਗਏ ਹਾਂ ਪ੍ਰੋਫੈਸ਼ਨਲ ਬੋਡੀ ਬਿਲਡਿੰਗ ਨੂੰ ਆਪਾਂ ਐਕਸਪੋ ਕੰਪਨੀਜ਼ ਨੂੰ ਇਨਵਾਈਟ ਕੀਤਾ ਉੱਥੇ ਆਪਣੇ ਐਕਸਪੀਡੀਸ਼ਨ ਆ ਕੇ ਆਪਣੇ ਸਪਲੀਮੈਂਟ ਜਿਹੜੇ ਹੈਗੇ ਉਹਦੇ ਨਾਲ ਕੀ ਹੋਊਗਾ ਜਿਹੜਾ ਟੈਲੈਂਟ ਹੋਊਗਾ ਹਿੰਦੁਸਤਾਨ ਦਾ ਆ ਕੰਪਨੀਜ਼ ਉਹਨਾਂ ਨੂੰ ਸਾਈਨ ਕਰਨਗੀਆਂ ਉਹਨਾਂ ਨੂੰ ਸਪੋਂਸਰਸ਼ਿਪ ਮਿਲੂਗੀ ਜਦ ਪੈਸਾ ਆ ਜਾਂਦਾ ਸਪੋਰਟ 'ਚ ਓਬਵੀਅਸਲੀ ਸਪੋਰਟ ਕਿੱਥੇ ਦੀ ਕਿੱਥੇ ਪਹੁੰਚ ਜਾਂਦੀ ਹੈ ਕ੍ਰਿਕਟ ਇਜ਼ ਅ ਬੈਸਟ ਐਗਜ਼ਾਮਪਲ IPL ਦੇ ਆਉਣ ਨਾਲ ਕ੍ਰਿਕਟ ਦਾ ਵੀ ਨਕਸ਼ਾ ਇੱਕ ਦੂਜੇ ਲੈਵਲ 'ਤੇ ਚੱਲ ਗਿਆ ਸੇਮ ਬੋਡੀ ਬਿਲਡਿੰਗ ਹੈ ਜੇ ਐਮੇਚੁਅਰ ਬੋਡੀ ਬਿਲਡਿੰਗ ਐਗਜ਼ਿਸਟ ਸੀਗੀ ਇੰਡੀਆ ਹੁਣ ਪ੍ਰੋਫੈਸ਼ਨਲ ਬੋਡੀ ਬਿਲਡਿੰਗ ਇੰਡੀਆ ਆਉਣ ਨਾਲ ਯੂ ਨੋ ਆਹ ਸਪੋਰਟ 'ਚ ਵੀ ਇੱਕ ਫਾਇਦਾ ਹੋਊਗਾ ਇੱਕ ਇਨਫਰਾਸਟ੍ਰਕਚਰ ਬਿਲਡ ਹੋਊਗਾ ਅਤੇ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਇੰਡੀਆ ਤੋਂ ਵੀ ਕਾਫੀ ਪ੍ਰੋਫੈਸ਼ਨਲ ਐਥਲੀਟਸ ਆਊਗੇ ਜਿਹੜਾ ਇੱਦਾਂ ਦਾ ਇਵੈਂਟ ਹੈ ਸ਼ੇਰੂ ਕਲਾਸਿਕ ਵਾਲਾ ਕਿੰਨਾ ਚਿਰ ਲੱਗਦਾ ਪਲਾਨ ਕਰਨ ਨੂੰ ਮੈਨੂੰ ਪਤਾ ਤੁਸੀਂ ਕਾਫੀ ਦੋਨੋਂ ਚਿਰ ਤੋਂ ਪਲਾਨ ਕਰ ਰਹੇ ਸੀਗੇ ਤੁਹਾਨੂੰ ਕਿੰਨਾ ਚਿਰ ਲੱਗ ਗਿਆ ਉਹਨੂੰ ਪਲਾਨ ਕਰਨ ਨੂੰ ਸਾਡੀ ਪਲੈਨਿੰਗ ਸੀਗੀ ਕਿ 2009 ਤੋਂ ਅਤੇ ਬਿਕੋਜ਼ ਆਹ ਦੁਨੀਆ ਦਾ 3rd ਨੰਬਰ ਦਾ ਵੱਡਾ ਸ਼ੋਅ ਵੀ ਸੀਗਾ ਐਥਲੀਟਸ ਆਲ ਓਵਰ ਦਾ ਵਰਲਡ ਵੀ ਆਏ ਸੀ ਉਸ ਤੋਂ ਇਲਾਵਾ ਕਾਫੀ ਕੁਛ ਔਰਗਨਾਈਜ਼ ਕੀਤਾ ਸੀ ਤਾਂ ਅਸੀਂ ਮੇਕ ਸ਼ੋਰ ਕਰਨਾ ਚਾਹੁੰਦੇ ਸੀ ਕਿ ਜੋ ਅਸੀਂ ਪਲੈਨਿੰਗ ਕੀਤੀ ਉਹਦੀ ਐਗਜ਼ੀਕਿਊਸ਼ਨ ਪ੍ਰੋਪਰਲੀ ਹੋਏ ਯੂ ਨੋ ਇਸ ਕਰਕੇ ਅਸੀਂ ਟਾਈਮ ਜ਼ਰੂਰ ਟੇਕ ਕੀਤਾ ਬਟ ਤੁਸੀਂ ਦੇਖ ਹੀ ਲਿਆ ਦ ਸ਼ੋਅ ਵਾਸ ਮੇਜਰ ਹਿੱਟ ਐਂਡ ਐਵਰੀਬਡੀ ਇਜ਼ ਟਾਕਿੰਗ ਆਲ ਓਵਰ ਦ ਵਰਲਡ ਇਹ ਕੀ ਚੀਜ਼ਾਂ ਤੁਹਾਨੂੰ ਔਰਗਨਾਈਜ਼ ਕਰਨੀਆਂ ਪਈਆਂ ਜਿੱਦਾਂ ਕਿ ਤੁਸੀਂ ਦੇਖਦੇ ਕਿ ਇੰਡੀਆ ਦੇ ਵਿੱਚ ਆਮ ਤੌਰ 'ਤੇ ਜਿੱਦਾਂ ਹੁਣ ਪੰਜਾਬ ਹੀ ਲਾ ਲਓ ਤੁਸੀਂ ਜੋ ਕੋਈ ਸ਼ੋਅ ਹੁੰਦਾ ਆ ਉਹ ਇੰਨੇ ਜ਼ਿਆਦਾ ਪ੍ਰੋਫੈਸ਼ਨਲ ਲੈਵਲ 'ਤੇ ਨਹੀਂ ਹੁੰਦੇ ਜਾਂਦੇ
ਤੇ ਬਹੁਤ ਸਾਰੀਆਂ ਸਹੂਲਤਾਂ ਆਉਂਦਾ ਹੀ ਨਹੀਂ ਲਾਉਂਦੇ ਬਿਲਕੁਲ ਬਟ ਇਸ ਚੀਜ਼ ਦੇ ਵਿੱਚ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਬਾਹਰਲੇ ਮੁਲਕਾਂ ਤੋਂ ਲੋਕਾਂ ਨੂੰ ਲੈ ਕੇ ਗਏ ਸੀ ਜਿੱਦਾਂ ਤੁਸੀਂ ਕਿਹਾ ਕਿ ਅਮਰੀਕਾ ਤੋਂ ਇੰਗਲੈਂਡ ਤੋਂ ਐਗਜ਼ਿਬਿਟਰਸ ਗਏ ਸੀਗੇ ਨਿਊਟ੍ਰੀਸ਼ਨਲ ਕੰਪਨੀਆਂ ਗਈਆਂ ਸੀਗੀਆਂ ਜੇ ਉਹਨਾਂ ਨੂੰ ਅਸੀਂ ਦੇਸੀ ਤਰੀਕਾ ਦਿਖਾਲਦੇ ਉਹਨਾਂ ਨੇ ਤਾਂ ਮੁੜ ਕੇ ਇੰਡੀਆ ਨਾਲ ਉਹਨੂੰ ਦੇਖਣਾ ਵੀ ਨਹੀਂ ਸਕਦਾ ਮੁਗਾਂ ਠੀਕ ਹੀ ਆ ਤੁਸੀਂ ਬਿਲਕੁਲ ਸਰ ਇਸ ਕਰਕੇ ਬਹੁਤ ਜ਼ਰੂਰੀ ਸੀ ਕਿ ਜਿਹੜਾ ਸਕਰੀਨ ਤੇ ਨਹੀਂ ਤੁਸੀਂ ਦੇਖਦੇ ਜੋ ਬਿਹਾਈਂਡ ਦ ਸੀਨਸ ਚੀਜ਼ਾਂ ਸੀ ਉਹ ਵੀ ਇੱਕਦਮ ਪਰਫੈਕਟ ਹੋਣੀਆਂ ਚਾਹੀਦੀਆਂ ਸੀ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਪਿਛਲੇ ਦਿਨ ਹੀ ਮੈਂ ਨਾਂ ਨਹੀਂ ਲਊਂਗਾ ਪਰ ਇੱਕ ਹੋਰ ਸ਼ੋਅ ਹੋਇਆ ਸੀਗਾ ਉੱਥੇ ਇੱਕ ਐਥਲੀਟ ਦੀ ਡੈਥ ਵੀ ਹੋਈ ਸੀਗੀ ਕਿਉਂਕਿ ਉਹਨਾਂ ਦੇ ਕੋਲ ਪ੍ਰੋਪਰ ਮੈਡੀਕਲ ਬੈਕਅਪ ਹੈ ਨਹੀਂ ਸੀਗਾ ਸ਼ੋਅ 'ਚ ਡੈਥ ਹੋ ਗਈ ਸ਼ੋਅ ਦੇ ਪ੍ਰੈਪਰੇਸ਼ਨ ਦੇ ਵਿੱਚ ਆਈ ਵਾਂਟ ਗੋਇੰਗ ਟੂ ਡੀਟੇਲ ਬਟ ਦੇਰ ਵਾਸ ਅ ਡੈਥ ਆਫ ਐਨ ਐਥਲੀਟ ਸੈਕੰਡਲੀ ਉੱਥੇ ਜਿੰਨੇ ਵੀ ਲੋਕੀ ਦੂਰੋਂ ਦੂਰੋਂ ਟਰੈਵਲ ਕਰਕੇ ਗਏ ਸੀਗੇ ਉਹ ਸ਼ੋਅ ਦੇਖ ਕੇ ਦੇ ਵਰ ਡਿਸਅਪੋਇੰਟਡ ਕਿਸੇ ਤਰ੍ਹਾਂ ਦੀ ਬੈਠਣ ਦੀ ਖਾਣ ਪੀਣ ਦੀ ਸਹੂਲਤ ਨਹੀਂ ਐਥਲੀਟਸ ਵਰ ਸਿਟਿੰਗ ਔਨ ਦ ਫਲੋਰ ਈਟਿੰਗ ਦੇ ਫੂਡ ਯੂ ਨੋ ਆਪਣਾ ਜਿਹੜਾ ਸ਼ੋਅ ਕੀਤਾ ਗਿਆ ਸੀਗਾ ਐਵਰੀਥਿੰਗ ਵਾਸ 5 ਸਟਾਰ ਉਹ ਤਾਂ ਸੀ ਪਿਛਲੇ ਬਿਹਾਈਂਡ ਦ ਸੀਨ ਸਾਰਾ ਦਿਖਾ ਰਿਹਾ ਸੀ ਹੁਣ ਤੁਸੀਂ ਦੇਖਿਆ ਜਿਹੜੇ ਵਰਲਡ ਫੇਮਸ ਐਥਲੀਟਸ ਹੈ ਉਹਨਾਂ ਨੇ ਆਪ ਕਿਹਾ ਕਿ ਦਿਸ ਹੈਜ਼ ਗੋਟ ਟੂ ਬੀ ਦ ਬੈਸਟ ਕੰਪੀਟੀਸ਼ਨ ਦੇ ਐਵਰ ਟੇਕਨ ਪਾਰਟ ਇਨ ਸੋ ਅਸੀਂ ਦੇਖਿਆ ਸੀ ਕਿ ਐਵਰੀ ਐਥਲੀਟ ਕੋ ਉਹਨਾਂ ਦਾ ਪਹਿਲਾਂ ਆਪਣਾ ਸਵੀਟ ਰੂਮ ਸੀਗਾ ਫਿਰ ਐਵਰੀ ਐਥਲੀਟ ਕੋ ਆਪਣਾ ਇੱਕ ਇੱਕ ਅਸਿਸਟੈਂਟ ਸੀਗਾ 24 ਆਵਰ ਐਂਡ ਦ ਸਿਕਿਉਰਿਟੀ ਐਂਡ ਦ ਸਿਕਿਉਰਿਟੀ ਯਾਨੀ ਉੱਥੇ ਐਂਡ ਦੇ ਹੈਡ ਓਨ ਟ੍ਰਾਂਸਪੋਰਟ ਦੇ ਹੈਡ ਓਨ ਕਾਰਸ ਵੀ ਹੈਡ ਸਾਊਥ ਅਫਰੀਕਨ ਸਿਕਿਉਰਿਟੀ ਕੰਪਨੀ ਦੈਟਸ ਰਾਈਟ ਯਾ ਮੈਂ ਮਿਲਿਆ ਸੀ ਭਾਈ ਨੂੰ ਦਾ ਇੰਟਰਵਿਊ ਕੀਤਾ ਸੀ ਉਹ ਸੇਮ ਆਈਪੀਐਲ ਵੀ ਆਈਪੀਐਲ ਦੀ ਸਿਕਿਉਰਿਟੀ ਵੀ ਉਹੀ ਕਰਦਾ ਮੈਨੂੰ ਦੱਸਦਾ ਸੀ ਇਸ ਟਾਊਟ ਸਨੇ ਕੱਲੇ ਕੱਲੇ ਕੋ ਮੈਨੇਜਰ ਸੀਗਾ ਮੈਨਿਊਜ਼ ਉਹਨਾਂ ਵਾਸਤੇ ਸਪੈਸ਼ਲੀ ਕੀਤੇ ਗਏ ਸੀਗੇ ਫੋਰ ਇਨ ਦਾ 5 ਸਟਾਰ ਹੋਟਲ ਸੋ ਦੇ ਕੈਨ ਆਰਡਰ ਵਾਟ ਦੇ ਵਾਂਟ ਟੂ ਈਟ ਯਾ ਐਂਡ ਸੋ ਐਵਰੀ ਲਿਟਲ ਫਾਈਨ ਡੀਟੇਲ ਵਾਸ ਫਾਈਨ ਟਿਊਨਡ ਐਂਡ ਦੈਟਸ ਵਾਈ ਦਾ ਸ਼ੋਅ ਵਾਸ ਸੱਚ ਅ ਸਕਸੈਸ ਨੋ ਦੈਟ ਕੋਸਟ ਅ ਲੋਟ ਆਫ ਮਨੀ ਤੇ ਪੈਸਾ ਕਾਫੀ ਤੁਹਾਡਾ ਲਗਾਉਣਾ ਹੈ ਇਸ ਤੇ ਪੈਸਾ ਤਾਂ ਯੂ نو ਜੇ ਤੁਸੀਂ ਕੰਮ ਵਧੀਆ ਕਰਨਾ ਹੈ ਪੈਸਾ ਤਾਂ ਲੱਗਦਾ ਹੀ ਹੈ ਇਫ ਯੂ ਗੋਇੰਗ ਟੂ ਬਾਏ ਸਮਥਿੰਗ ਨਾਈਸ ਯੂ نو ਯੂ ਗਾਟ ਟੂ ਸਪੈਂਡ ਮਨੀ ਬਟ ਸ਼ੋਅ ਬਾਹਰ ਵੀ ਹੁੰਦੇ ਆ ਤੁਸੀਂ ਦੇਖੋਗੇ ਜਿੱਦਾਂ ਮਿਸਟਰ 올ੰਪੀਆ ਅਸੀਂ ਗਏ ਸੀ ਗਏ ਉੱਥੇ ਵੀ 45 ਸਾਲਾਂ ਤੋਂ ਹੋ ਰਿਹਾ ਆਰਨੋਲਡ ਸਪੋਰਟਸ ਫੈਸਟੀਵਲ ਹੁੰਦਾ ਪੈਸਾ ਤਾਂ ਲੱਗਦਾ ਲੇਕਿਨ ਜੇ ਅਵੇਅਰਨੈਸ ਆਉਂਦੀ ਹੈ ਆਪਣੇ ਯੂ نو ਸਪੋਰਟਸ ਪੈਸਾ ਫਿਰ ਰਿਕਵਰ ਵੀ ਹੁੰਦਾ ਲੇਕਿਨ ਪਹਿਲੇ ਸ਼ੁਰੂਆਤ ਲਈ ਪੈਸਾ ਤਾਂ ਲੱਗਦਾ ਹੀ ਹੈ ਡੂ ਯੂ ਥਿੰਕ ਕਿ ਜਿੱਦਾਂ ਅਸੀਂ ਅਮਰੀਕਾ ਗਏ ਸੀਗੇ ਮਿਸਟਰ 올ੰਪੀਆ ਲਈ ਤਾਂ ਮੈਂ ਤਾਂ ਬਾਹਲਾ ਉਹਦੇ ਬਾਰੇ ਕੁਛ ਜਾਣਦਾ ਹੀ ਨਹੀਂ ਸੀ ਬਾਡੀ ਬਿਲਡਿੰਗ ਪਰ ਮੈਂ ਇੱਕ ਚੀਜ਼ ਜ਼ਰੂਰ ਦੇਖੀ ਆ ਦੇ ਅਮੈਰੀਕਨ ਪਬਲਿਕ ਹੈਡ ਅ ਲੋਟ ਆਫ ਪੈਸ਼ਨ ਪੈਸ਼ਨ ਬਹੁਤ ਸੀ ਸਪੋਰਟਸ ਲਈ ਯਾਨੀ ਸੀਰੀਅਸਲੀ ਬਹੁਤ ਟੇਕ ਕਰਦੇ ਸੀਗੇ ਤੁਸੀਂ ਆਹ ਦੱਸੋ ਇੰਡੀਆ ਤੁਸੀਂ ਆਪ ਵਿਟਨੈਸ ਕੀਤਾ ਇੰਡੀਆ 'ਚ ਕੋਈ ਪੈਸ਼ਨ ਘੱਟ ਸੀਗਾ ਨਹੀਂ ਇੰਡੀਆ 'ਚ ਵੀ ਪੈਸ਼ਨ ਸੀਗਾ ਬਟ ਇਜ਼ ਇਟ ਔਨ ਦ ਸੇਮ ਸੋਰ ਆਫ ਲੈਵਲ ਜਿੱਦਾਂ ਜਾਂ ਆਪ ਇਹ ਸਿਰਫ ਹਲੇ ਪ੍ਰਮੋਟ ਨਹੀਂ ਹੋਇਆ ਤਾਂ ਕਰਕੇ ਹੈ ਜਾਂ ਵਾਟ ਇਜ਼ ਅ ਰੀਜ਼ਨ I mean, in America, there was no Mr. Olympia ਭਰਿਆ ਪਿਆ ਸੀ ਮੇਰਾ ਖਿਆਲ ਕਿੰਨੇ ਹਜ਼ਾਰ ਬੰਦੇ ਆਏ ਸੀ ਇਟਸ ਅਨਬਲੀਵਬਲ ਆਈ ਚਲਾਈ ਬਹੁਤ ਸੀ ਉੱਥੇ ਬਟ ਇੱਦਾਂ ਵੀ ਸਾਡਾ ਮੇਨ ਪਰਪਸ ਸੀਗਾ ਇਸ ਈਵੈਂਟ ਨੂੰ ਆਪਾਂ ਇਲੀਟ ਰੱਖੀਏ ਰਾਈਟ ਬਿਕੋਜ਼ ਆਫ ਬਾਲੀਵੁੱਡ ਪ੍ਰੈਜੈਂਸ ਤੁਸੀਂ ਦੇਖਿਆ ਮਿਸਟਰ ਅਮਿਤਾਬ ਬੱਚਨ ਵੀ ਸੀਗੇ ਸੰਜੇ ਦੱਤ ਸੀਗਾ ਐਂਡ ਮੈਨੀ ਮੋਰ ਓਵਰ 40 ਸੈਲੀਬ੍ਰਿਟੀਜ਼ ਸੋ ਵੀ ਵਾਂਟ ਟੂ ਕੀਪ ਦ ਫਰਸਟ ਈਵੈਂਟ ਵੈਰੀ ਇਲੀਟ ਠੀਕ ਹੈ ਲੇਕਿਨ ਜਿਹੜੀ ਕਵਰੇਜ ਸੀਗੀ ESPN 'ਚ ਲਾਸਟ ਮੰਡੇ ਨੂੰ ਇੰਡੀਆ ਆਲ ਓਵਰ ਆਇਆ ਦੁਬਾਰਾ ਰਿਪੀਟ ਹੋ ਰਿਹਾ ਹੁਣ ਸਟਾਰ 'ਚ ਵੀ ਆਉਣਾ ਮੇਨ ਪਰਪਸ ਆਹੀ ਸੀਗਾ ਕਿ ਅਸੀਂ ਮਾਸਸ ਟਾਰਗੇਟ ਕਰੀਏ ਅਤੇ ਪਹਿਲਾ ਜਿਹੜਾ ਈਵੈਂਟ ਹੈ ਵੀ ਹੈਵ ਇਟ ਆਰ VIP ਗੈਸਟ ਲਿਸਟ ਵਿਚ ਇੰਕਲੂਡ ਆਲ ਦ ਬਾਲੀਵੁੱਡ ਸੈਲੀਬ੍ਰਿਟੀਜ਼ ਆਲ ਦ VIPs ਆਲ ਦ ਯੂ ਨੋ ਦ ਟਾਈਕੂਨਸ ਐਂਡ ਮੇਕ ਇਟ ਅਵੇਲੇਬਲ ਫੋਰ ਮਾਸਸ ਜਸਟ ਔਨ ਟੀਵੀ ਹੁਣ ਨੈਕਸਟ ਈਅਰ ਸਾਡਾ ਆਹ ਪਰਪਸ ਹੈਗਾ ਕਿ ਅਸੀਂ ਕਰੂੰਗੇ ਵੱਡੇ ਸਟੇਡੀਅਮ 'ਚ ਜਿਸ ਕਪੈਸਿਟੀ ਹੋਊਗੀ ਓਵਰ 20,000 ਪੀਪਲ ਸੋ ਦੈਟਸ ਯਾ ਇਨ ਦਿੱਲੀ ਐਸ ਵੈਲ level will be same but as far as audience accessible zyada hoga exactly right so the main purpose was to create a hype this way un event to baad da response jo hega wo has been 100 times more right jo event to pehla siga so the buzz is already been there we need to carry the momentum jidda tade superstars aaye sige na bodybuilding wale lokan nu pata siga ke bande hai kaun ya kaun nahi ya ki hai will people aware of these people before hai of course they were aware and you know that's why we were totally sold out tusi dekhya jinne bande andar sige utto double bande bahar sige police tusi aap witness kiti hai security kinni hai oda main purpose aahi siga loki india to bahar chhad ke sri lanka thailand you know hun tusi countries like iran dekh lo embargo country hai people who can't go to us so they travel to shuru classic so everybody knows now ki jehde bande america nahi ja sakde ਉਹ ਇੰਡੀਆ ਆਣਾ ਅਫੋਰਡ ਕਰ ਸਕਦੇ ਇਸ ਕਰਕੇ ਜਿਹੜਾ ਫਿਊਚਰ ਐਂਡ ਇਵਨ ਪੀਪਲ ਏਸ਼ੀਆ ਤੋਂ ਜਿਹੜੇ ਨਹੀਂ ਸ਼ਾਇਦ ਯੂਐਸ ਜਾ ਸਕਦੇ ਉਹ ਕਾਫੀ ਆਇਆ ਸੀ ਕਿਉਂਕਿ ਯੂਐਸ ਥਾਈਲੈਂਡ ਵਗੈਰਾ ਸਿੰਗਾਪੁਰ ਤੋਂ ਤੁਸੀਂ ਇਮੀਗ੍ਰੇਸ਼ਨ ਲਾਇਰ ਹੈਗੇ ਉਹ ਤੁਹਾਨੂੰ ਪਤਾ ਅਮਰੀਕਾ ਦਾ ਵੀਜ਼ਾ ਕਿੰਨੀ ਮੁਸ਼ਕਿਲ ਲੱਗਦਾ ਹਾਂ ਸੋ ਇਸ ਕਰਕੇ ਲੋਕੀ ਹੁਣ ਇੰਡੀਆ ਜਾਣਾ ਟਾਰਗੇਟ ਕਰੂਗੇ ਕਿਉਂਕਿ ਸੇਮ ਐਥਲੀਟਸ
every year, 1 week after Olympia, will be competing in Shuru Classic. Why has it taken so long? ਇੰਨਾ ਚਿਰ ਕਿਉਂ ਲੱਗ ਗਿਆ ਕਿ ਬੋਡੀ ਬਿਲਡਿੰਗ ਦਾ ਕੋਈ ਕਿਸੇ ਨੇ ਸ਼ੋਅ ਕਰਾਉਣਾ ਆਮ ਇੰਡੀਆ 'ਚ ਕਿਉਂਕਿ ਸ਼ੇਅਰ ਕਿਉਂਕਿ ਅਮਰੀਕਾ 'ਚ ਕਾਫੀ ਚਿਰ ਤੋਂ ਚੱਲ ਰਿਹਾ ਕਿਉਂਕਿ ਮੈਂ ਥੋੜ੍ਹਾ ਲੇਟ ਪੈਦਾ ਹੋਇਆ ਇਸ ਕਰਕੇ ਅੱਛਾ ਯੂ ਨੋ ਅਕੇਲੇ ਹੋਤੀ ਹੈ ਹਰ ਨਈ ਸ਼ੁਰੂਆਤ ਸ਼ਕਤੀ ਹੈ ਤੁਹਾਰੇ ਪਾਸ ਤੋ ਜ਼ਮਾਨਾ ਦੇਗਾ ਸਾਥ ਸੋ ਇਹਦੇ ਵਿੱਚ ਯਾਨੀ ਪਰ ਜਿਹੜੇ ਪ੍ਰੋ ਸੀਗੇ ਪਹਿਲਾਂ ਉਹਨਾਂ ਨੇ ਕਦੇ ਬਦਲ ਹੀ ਨਹੀਂ ਕੀਤੇ ਜਾਂ ਗਵਰਨਮੈਂਟਸ ਨੋ ਇੰਟਰਸਟਿਡ ਇਨ ਸਟੱਫ ਲਾਈਕ ਸੋ ਵਾਟ ਇਥੇ ਕ੍ਰਿਕਟ ਦਾ ਤਾਂ ਕਦਾ ਹੀ ਚੱਲ ਰਿਹਾ ਯੂ ਨੋ ਪੈਸਾ ਸਾਰਾ ਈਵਨ ਜੇ ਇਕੱਲਾ ਸਪੋਰਟਸ ਹੀ ਦੇਖੇ ਇੰਡੀਆ ਵਿੱਚ ਅਪਾਰਟ ਫਰੋਮ ਹਾਕੀ ਐਂਡ ਕ੍ਰਿਕਟ ਰੀਅਲੀ ਹੋਰ ਕੁਛ ਹਾਈ ਲੈਵਲ ਤਾਂ ਹੈ ਈਵਨ ਫੁੱਟਬਾਲ ਵੀ ਵੈਰੀ ਲੋ ਲੈਵਲ ਤੇ ਹੈ ਵਿਦ ਅ ਪੋਰ ਲੈਵਲ ਯਾ ਆਈ ਮੀਨ ਦੇਰਸ ਅ ਹਿਊਜ ਇੰਟਰਸਟ ਉਹੀ ਮੈਂ ਤੁਹਾਨੂੰ ਕਹਿ ਰਿਹਾ ਨਾ ਐਸ ਫਾਰ ਐਸ ਜਦ ਤੱਕ ਤੁਸੀਂ ਦੇਖੋਗੇ ਹੁਣ ਕੋਈ ਵੀ ਮਾਂ ਪੇ ਹੈਗੇ ਉਹ ਮੁੰਡਾ ਕਹੂਗਾ ਮੈਂ ਵੱਡਾ ਹੋ ਕੇ ਬੋਡੀ ਬਿਲਡਰ ਬਣਨਾ ਐਜ਼ ਅ ਪੇਰੈਂਟ ਦੇ ਵਿਲ ਸੇ ਬਿਕੋਜ਼ ਯੋਰ ਫਿਊਚਰ ਇਜ਼ ਨਾਟ ਸਿਕਿਓਰ ਤੂੰ ਆ ਗੇਮ 'ਚ ਕੀ ਕਰਨਾ ਤੂੰ ਕ੍ਰਿਕਟਰ ਬਣ ਜਾ ਜਾਂ ਤੂੰ ਪੜ੍ਹਨ ਨੂੰ ਲੱਗ ਜਾ ਠੀਕ ਹੈ ਨਾ ਜਦ ਤੁਸੀਂ ਦੇਖੋਗੇ ਸਪੋਰਟ 'ਚ ਪੈਸਾ ਹੈਗਾ ਓਬਵੀਅਸਲੀ ਤੁਸੀਂ ਅਲਾਓ ਕਰੋਗੇ ਬੱਚੇ ਨੂੰ ਤੂੰ ਅੱਗੇ ਜਾ ਜਦ ਉਹ ਸਪੋਰਟ 'ਚ ਪੈਸਾ ਹੀ ਨਹੀਂ ਹੈ ਫਿਰ ਆਪ ਯੂ ਨੋ ਮਾਂ ਪਿਓ ਆਹ ਦੇਖਦੇ ਆ ਕਿ ਉਹਨਾਂ ਦਾ ਬੱਚਾ ਸਿਕਿਓਰ ਕਿੱਦਾਂ ਆਹ ਮੈਂ ਸਭ ਤੋਂ ਵੱਡੀ ਇਗਜ਼ਾਮਪਲ ਮੈਂ ਆਪ ਹਾਂ ਬਟ ਮੈਂ ਲੱਕੀ ਹਾਂ ਕਿ ਮੇਰੇ ਪੇਰੈਂਟਸ ਨੇ ਮੈਨੂੰ ਯੂ ਨੋ ਸਪੋਰਟ ਕੀਤਾ ਫੁੱਲੀ ਐਂਡ ਆਮ ਏਬਲ ਟੂ ਡੂ ਇਟ ਮੈਂ ਆਹੀ ਪੁੱਛਣ ਲੱਗਾ ਸੀ ਕਿ ਤੁਸੀਂ ਵੀ ਇੰਡੀਆ 'ਚ ਪੈਦਾ ਹੋਏ ਆ ਪਰ ਤੁਸੀਂ ਇੱਦਾਂ ਇਹਦੇ ਵੱਲ ਕਿੱਦਾਂ ਤੁਸੀਂ ਆ ਗਏ ਬੋਡੀ ਬਿਲਡਿੰਗ ਵੱਲ ਅਤੇ ਖਾਸ ਤੌਰ 'ਤੇ ਤੁਹਾਨੂੰ ਕਿੱਦਾਂ ਪ੍ਰੋ ਬਣਨ ਦਾ ਮੌਕਾ ਮਿਲਿਆ ਮੇਰਾ ਪੈਸ਼ਨ ਸੀਗਾ ਮੈਂ ਇੰਗਲੈਂਡ ਆਇਆ ਪਹਿਲਾਂ ਇੱਥੇ 12 ਸਾਲ ਰਿਹਾ ਯੂ ਨੋ ਇੱਥੇ ਚੈਂਪੀਅਨਸ਼ਿਪ ਜਿੱਤੀ ਇੱਥੇ ਪ੍ਰੋ ਕਾਰਡ ਜਿੱਤਿਆ ਫਿਰ ਅਮੈਰੀਕਾ 3 ਸਾਲ ਹੋ ਗਿਆ ਬਟ ਮੈਂ ਆਹ ਦੇਖਿਆ ਕਿ ਬਿਕੋਜ਼ ਆਫ ਮਾਈ ਲਵ ਟੂ ਦਿਸ ਸਪੋਰਟ ਆਈ ਵਾਂਟ ਟੂ ਯੂ ਨੋ ਕੰਟਰੀਬਿਊਟ ਟੂਵਰਡਸ ਦ ਕਮਿਊਨਿਟੀ ਐਂਡ ਯੂ ਨੋ ਕ੍ਰੀਏਟ ਅ ਨੇਮ ਫੋਰ ਆਰਸੈਲਫ ਫੋਰ ਇੰਡੀਆ ਐਜ਼ ਵੈਲ ਐਟ ਦ ਸੇਮ ਟਾਈਮ ਸੋ ਟਾਈਮ ਤਾਂ ਲੱਗਦਾ ਹੀ ਹੈ ਲੇਕਿਨ ਜੋ ਮੇਰਾ ਪੈਸ਼ਨ ਹੈ ਮੇਰੀ ਡੈਡੀਕੇਸ਼ਨ ਹੈ ਟੂਵਰਡਸ ਦ ਸਪੋਰਟ ਆਈ ਵਾਂਟ ਟੂ ਐਕਸਪੈਂਡ ਇਟ ਮੋਰ ਐਂਡ ਮੋਰ ਯੂ ਨੋ ਜਿਹੜੇ ਮੈਂ ਦੇਖਿਆ ਕਿ ਇੱਥੇ ਕਾਫੀ ਯੰਗਸਟਰਸ ਆ ਦੇ ਕੁਆਇਟ ਇਨਸਪਾਇਰਡ ਕਾਫੀ ਲੋਟ ਆਫ ਦੇਮ ਗੋ ਟੂ ਦ ਜਿਮ ਸਾਰੇ ਬੰਦੇ ਜਾਂਦੇ ਆ ਇੱਥੇ ਦੇ ਜਿਮ ਭਾਰ ਚੱਕਦੇ ਆ ਆਪਣੀ ਬੋਡੀ ਬਣਾਉਂਦੇ ਆ ਤਕਰੀਬਨ ਕਾਫੀ ਬੰਦਿਆਂ ਨੂੰ ਸ਼ੌਕ ਆ ਬੋਡੀ ਬੁਡੀ ਬਣਾਉਣ ਦਾ ਇੱਥੇ ਹਲੇ ਵਾਈ ਦੇ ਫਿਊ ਏਸ਼ੀਅਨ ਜਿੱਦਾਂ ਹੁਣ ਅਸੀਂ ਓਲੰਪੀਆ ਗਏ ਸੀਗੇ ਇਵਨ ਸ਼ੇਰੋ ਕਲਾਸਿਕ ਵਿੱਚ ਏਸ਼ੀਅਨ ਕੰਪੈਟੀਟਰ ਬਹੁਤ ਘੱਟ ਸੀ ਏਸ਼ੀਅਨ ਓਰੀਜਿਨ ਜ਼ਿਆਦਾ ਅਮਰੀਕਨ ਸੀਗੇ ਜਾਂ ਜਿੱਦਾਂ ਐਫਰੋ ਕੈਰੇਬੀਅਨ ਸੀਗੇ ਵਾਈ ਵਾਜ਼ ਦੈਟ ਸ਼ੇਰੂ ਕਲਾਸਿਕ ਇਵੈਂਟ ਜਿਹੜਾ ਹੈਗਾ ਫਸਟ ਪ੍ਰੋਫੈਸ਼ਨਲ ਬੋਡੀ ਬਿਲਡਿੰਗ ਇਵੈਂਟ ਇਨ ਏਸ਼ੀਆ ਵੀ ਹੈ ਦੈਟ ਵਾਜ਼ ਹਿਸਟੋਰੀਕਲ ਇਵੈਂਟ ਐਜ਼ ਵੈਲ ਯਾਨੀ ਪੂਰੀ ਏਸ਼ੀਆ 'ਚ ਨਹੀਂ ਪਹਿਲਾਂ ਹੋਇਆ ਕਦੀ ਹੋਇਆ ਨਹੀਂ ਹਿਸਟਰੀ 'ਚ ਓਕੇ ਸੋ ਤੁਸੀਂ ਆਹ ਦੇਖੋਗੇ ਆਉਣ ਵਾਲੇ ਟਾਈਮ 'ਚ ਇੰਡੀਆ ਨਹੀਂ ਪੂਰੇ ਏਸ਼ੀਆ 'ਚ ਜ਼ਿਆਦਾ ਤੋਂ ਜ਼ਿਆਦਾ ਬੋਡੀ ਬਿਲਡਰਸ ਦੇਖੋਗੇ ਯੂ ਨੋ ਆਹ ਇੱਕ ਪਲੈਟਫਾਰਮ ਹੈਗਾ ਜਿੱਥੇ ਇੰਡੀਆ ਨਹੀਂ ਪੂਰਾ ਏਸ਼ੀਆ ਵਿਲ ਬੀ ਕਵਰਡ ਐਂਡ ਇਨਫਰਾਸਟਰਕਚਰ ਵੀ ਟਰਾਇੰਗ ਟੂ ਬਿਲਡ ਇਟ ਸੋ ਦਾ ਇਨ ਕਮਿੰਗ ਈਅਰਸ ਯੂ ਵਿਲ ਸੀ ਲੋਟ ਆਫ ਪ੍ਰੋਸ ਫਰੋਮ ਇੰਡੀਆ ਐਂਡ ਏਸ਼ੀਆ ਐਜ਼ ਵੈਲ ਜਿਹੜੇ ਫਿਟਨੈਸ ਦੇ ਵੱਲ ਬੱਚੇ ਜਾਂਦੇ ਆ ਜਿਹੜੇ ਈਵਨ ਮਾਂ ਪੇ ਸੋਚਦੇ ਆ ਕਿ ਇਹ ਜਿਮ 'ਚ ਹੀ ਰਹਿੰਦਾ ਭਾਰ ਹੀ ਚੱਕਦਾ ਰਹਿੰਦਾ ਇਹਦੇ 'ਚ ਦੱਸੋ ਕਿ ਇਹ ਇੱਕ ਅਬਸੈਸ਼ਨ ਵੀ ਬਣ ਸਕਦੀ ਹੈ ਡਿਟਰੈਕਟ ਵੀ ਹੋ ਸਕਦੀ ਜਾਂ ਸਮਥਿੰਗ ਪਰਸਨ ਕੈਨ ਡੂ ਇਨ ਸਪੇਅਰ ਟਾਈਮ ਐਜ਼ ਵੈਲ ਨੋ ਨੋ ਯੂ ਕੈਨ ਬਿਕਮ ਅ ਪ੍ਰੋਫੈਸ਼ਨਲ ਐਥਲੀਟ ਬਟ ਯੂ ਹੈਵ ਟੂ ਬੀ ਓਨੈਸਟ ਟੂ ਯੋਰਸੈਲਫ ਕਿ ਕੈਨ ਯੂ ਡੂ ਇਟ ਤੁਸੀਂ ਕਰ ਸਕਦੇ ਹੋ ਜੇ ਤੁਹਾਡੇ 'ਚ ਉਹ ਜਜ਼ਬਾ ਹੈਗਾ ਡੈਡੀਕੇਸ਼ਨ ਹੈਗੀ ਹੈ ਐਂਡ ਟੈਲੈਂਟ ਹੈਗਾ ਫਿਰ ਡੈਫੀਨੇਟਲੀ ਯੂ ਸ਼ੁੱਡ ਗੋ ਫੋਰ ਇਟ ਮਨੀ ਇਜ਼ ਦੇਅਰ ਐਂਡ ਯੂ ਨੋ ਲਾਈਕ ਐਨੀ ਅਦਰ ਸਪੋਰਟ ਜਿਹੜੇ ਟੋਪ ਪ੍ਰੋਜ਼ ਹੈਗੇ ਦੇ ਮੇਕਿੰਗ ਲੋਟ ਆਫ ਮਨੀ ਐਜ਼ ਵੈਲ ਲਾਈਕ ਐਨੀ ਫੁੱਟਬਾਲਰ ਜਿਹੜੇ ਮੈਂ ਦੇਖੇ ਸੀ ਟੋਪ ਪ੍ਰੋਜ਼ ਤੁਹਾਡੇ ਸ਼ੋਅ 'ਤੇ ਕਈ ਤਾਂ ਮਿਲੀਅਨਸ ਦੇ ਵਿੱਚ ਯਾ ਅਤੇ ਹਾਲੀਵੁੱਡ ਮੂਵੀਜ਼ ਵੀ ਕਰ ਰਹੇ ਹਾਲੀਵੁੱਡ ਦੇ ਡਰਾਈਵਿੰਗ ਫਰਾਰੀਜ਼ ਐਂਡ ਸਟਫ ਲਾਈਕ ਦੈਟ ਐਗਜ਼ੈਕਟਲੀ ਐਂਡ ਈਵਨ ਦ ਵਿਮਨ ਵਰ ਅਰਨਿੰਗ ਗੁੱਡ ਮਨੀ ਯਾ ਯਾ ਯਾਨੀ ਚੰਗੇ ਬੰਦੇ ਨਾਲ ਉਹ ਤੋਂ ਜ਼ਿਆਦਾ ਔਰਤਾਂ ਪੈਸੇ ਕਮਾਉਂਦੀਆਂ ਸੀਗੀਆਂ ਬਿਲਕੁਲ ਦੇ ਵਰ ਸੇਇੰਗ ਵੀ ਅਰਨਿੰਗ ਦਿਸ ਮਚ ਜਿੱਦਾਂ ਹੁਣ ਤੁਹਾਡੇ $1.5 lakh ਰੱਖਿਆ ਸੀ ਤੁਸੀਂ ਪ੍ਰਾਈਜ਼ ਮਨੀ ਹਾਂਜੀ ਤੇ ਉਹਦੇ 'ਚੋਂ ਓਬਵੀਅਸਲੀ ਕੋਈ ਜਿੱਤਿਆ ਹੀ ਆ ਨਹੀਂ ਟੁੱਕ ਦੈਟ ਮਨੀ ਹੈ ਪਰ ਈਵਨ ਜਿਹੜੇ ਰਨਰਸ ਆ ਪਿਆ ਉਹਨਾਂ ਨੂੰ ਵੀ ਕੁਛ ਨਾ ਕੁਛ ਮਿਲਿਆ ਯਾ ਯਾ ਸੋ ਇਹਦੇ ਵਿੱਚ ਪੈਸੇ ਤਾਂ ਬਣ ਸਕਦੇ ਬਿਲਕੁਲ ਪੈਸੇ ਹੈਗੇ ਆ ਤਾਂ ਪੈਸੇ ਬੰਦੇ ਵੀ ਆ ਇੰਡਸਟਰੀ ਬਹੁਤ ਵੱਡੀ ਹੈ ਹਰੇਕ ਕੰਪੀਟੀਸ਼ਨ ਜਿਹੜਾ ਹੁੰਦਾ ਉਹਦੇ ਨਾਲ ਐਕਸਪੋ ਵੀ ਲੱਗਦੀ ਹੈ ਜੇ ਐਗਜ਼ੀਬਿਟਰ ਆਊਗੇ ਯੂ ਨੋ ਦ ਰੈਵਨਿਊ ਇਜ਼ ਦੇਅਰ ਯੂ ਨੋ ਰੈਵਨਿਊ ਤਦੀ ਹੋਊਗਾ ਜੇ ਇੰਟਰਸਟ ਹੈਗਾ ਕਮਿਊਨਿਟੀ ਦਾ ਹੁਣ ਇੰਡੀਆ 'ਚ ਕਾਫੀ ਬੰਦੇ ਬੋਡੀ ਬਿਲਡਰ ਬਣਨਾ ਚਾਹੁੰਦੇ ਆ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ 'ਚ ਕਾਫੀ ਯੂ ਨੋ ਪ੍ਰੋਜ਼ ਨਿਕਲਣਗੇ ਵੀ ਆਹ ਈਵੈਂਟ ਕਰਕੇ ਕਿਉਂਕਿ ਅਸੀਂ ਇਨਫਰਾਸਟਰਕਚਰ ਸੈੱਟ ਕੀਤਾ ਅਤੇ ਸਾਨੂੰ ਬਹੁਤ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਤੁਸੀਂ ਕਾਫੀ ਲੋਕੀ ਦੇਖੋਗੇ ਬਾਲੀਵੁੱਡ ਦਾ ਕਾਫੀ ਪ੍ਰਭਾਵ ਆ ਮੇਰਾ ਖਿਆਲ ਬੋਡੀ ਬਿਲਡਿੰਗ ਦਾ ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਐਕਟਰਸ ਆ ਉਹ ਆਪਣੀ ਬੋਡੀ ਫਿੱਟ ਰੱਖਣਾ ਚਾਹੁੰਦੇ ਭਾਵਾਂ ਉਹ ਕੋਮਿਕ ਐਕਟਰ ਵੀ ਹੋਵੇ ਜਾਂ ਈਵਨ ਜਿਹੜਾ ਨਹੀਂ ਪਛਾਣਿਆ ਹੋਇਆ ਐਕਸ਼ਨ ਰੋਲਸ ਲਈ ਵਗੈਰਾ ਉਹ ਵੀ ਕਹਿੰਦਾ ਕਿ ਮੈਂ ਆਪਣੀ ਬੋਡੀ ਫਿੱਟ ਬਣਾਵਾਂ ਅਤੇ ਇਹਦੇ ਨਾਲ ਕਾਫੀ ਪ੍ਰਭਾਵ ਮੇਰਾ ਖਿਆਲ ਪਿਆ ਇੰਡੀਆ ਦੇ ਵਿੱਚ ਯਾ ਇੰਡੀਆ 'ਚ ਅੱਜ ਦੀ ਡੇਟ 'ਚ ਤੁਸੀਂ ਹੀਰੋ ਦੇਖੋਗੇ ਜਾਂ ਬਾਲੀਵੁੱਡ ਪੀਪਲ ਹਾਂ ਅਦਰ ਇਜ਼ ਕ੍ਰਿਕਟ ਹਾਂ ਸੋ
बेसिकली यू नो जे तुसी लोकां नूं सही रस्ते लाना हुण सलमान खान आया शाहरुख खान आया सिक्स पैक ट्रेंड शुरू हो गया एवरी यंगस्टर इन इंडिया वांट सिक्स पैक ठीक है बढ़िया हेल्थली बढ़िया लेकिन जे तुसी दूजे पासे देखो यू नो जे आप बंदे नहीं करदे तल एक जगह गड्डी खड़ी सी इन्हां ने आके ट्रेंड शुरू किया ते हेल्थ एंड फिटनेस इंडस्ट्री हैगी है जिहड़ी इंडिया वो कित्थे दी कित्थे ग्रो कर गई ਹੁਣ ਇੰਡੀਆ ਚ ਐਵਰੇਜ ਹਰੇਕ ਹਾਊਸ ਹੋਲਡ ਬੰਦੇ ਨੂੰ ਪਤਾ ਕਿ ਪ੍ਰੋਟੀਨ ਕੀ ਹੁੰਦੀ ਹੈ ਵੇ ਪ੍ਰੋਟੀਨ ਕੀ ਹੁੰਦਾ ਕਿਉਂ ਭਾਜੀ ਤੁਸੀਂ ਪਿੰਡਾਂ ਚ ਗਏ ਹੋ ਉੱਥੇ ਪਿੰਡਾਂ ਚ ਤੁਸੀਂ ਸਰਵੇ ਵੀ ਕੀਤਾ ਪਿਛਲੇ ਦਿਨਾਂ ਚ ਇਵੈਂਟ ਤੋਂ ਪਹਿਲਾਂ ਜਦ ਆਪਾਂ ਪ੍ਰਮੋਸ਼ਨ ਕਰਦੇ ਸੀ ਉੱਥੇ ਤੁਸੀਂ ਤੁਸੀਂ ਕਿਤੇ ਵੀ ਚਲੋ ਜਾਓ ਪੰਜਾਬ ਦੇ ਵਿੱਚ ਅਸੀਂ ਤਾਂ ਜਿੱਦਾਂ ਹੁਣ ਪੂਰੇ ਇੰਡੀਆ ਦੇ ਵਿੱਚ ਇਹਦੀ ਅਵੇਅਰਨੈਸ ਕੀਤੀ ਸੀ ਸ਼ੋਅ ਦੀ ਤੇ ਮੈਂ ਤਾਂ ਛੋਟੇ ਛੋਟੇ ਸ਼ਹਿਰਾਂ ਚ ਵੀ ਗਿਆ ਸੀ ਆਈ ਵੈਂਟ ਟੂ ਦ ਸਮਾਲੈਸਟ ਵਿਲੇਜਸ ਆਈ ਸੋ ਐਵਰੀ ਜਿਮ And the, you always saw posters of people like Jay Cutler, Phil Heath. And the problem that they had was not knowing the right supplements. And there was a lot of national companies, jiliyan India de vich sigiyan, jiliyan galat advice dindiyan, vigera vigera. Immigration wala kam ho gaya, salah galat dene wale bande bahut hai. But aaj jo show saka, because of the show, people gained access to know. Foreign nutritional companies, and they got the right advice. Asi show de vich seminar vi hold kite sige. ਐਂਡ ਜਿਹਦੇ ਵਿੱਚ ਜਨਰਲ ਪਬਲਿਕ ਜਿੱਦਾਂ ਤੁਸੀਂ ਕਹਿੰਦੇ ਕਿ ਜੇ ਕਿਸੇ ਦਾ ਇੰਟਰਸਟ ਹੋਵੇ ਉਹ ਕੀ ਕਰੇ ਲਾਊਡਸ ਆਫ ਪੀਪਲ ਹੂ ਵਾਂਟ ਬੋਡੀ ਬਿਲਡਰਸ ਕੇਮ ਟੂ ਦ ਸ਼ੋ ਨੋਰਮਲ ਪੀਪਲ ਬਟ ਦੇ ਵਾਂਟਡ ਟੂ ਨੋ ਹਾਊ ਟੂ ਸਟਾਰਟ ਵਾਟ ਦੇ ਸ਼ੁਡ ਐਂਡ ਸ਼ੁਡਨਟ ਈਟ ਸੋ ਦੇਰ ਵਾਜ਼ ਅ ਸੈਮੀਨਾਰ ਦੈਟ ਵਾਜ਼ ਹੈਲਡ ਐਂਡ ਵੀ ਡਨ ਦੈਟ ਇਨ ਕੰਜੰਕਸ਼ਨ ਵਿਦ bodybuilding.com ਕ੍ਰਿਸ ਗੈਥਨ ਹੂ ਵੀਵ ਨਾਓ ਕੰਟ੍ਰੈਕਟਡ ਫਾਰ ਦ ਨੈਕਸਟ 5 ਇਅਰਸ ਵੀ ਹੈਲਡ ਸੈਮੀਨਾਰ ਦੇਰ ਐਂਡ ਦੇਰ ਵਾਜ਼ ਅ ਹਿਊਜ ਇੰਟਰਸਟ ਐਂਡ ਫਰਦਰ ਮੋਰ ਨਾਓ ਓਵਰ ਦ ਨੈਕਸਟ 5 ਇਅਰਸ ਵੀ ਆਰ ਗੋਇੰ ਟੂ ਬੀ ਹੋਲਡਿੰਗ ਸੈਮੀਨਾਰਸ ਥਰੂਆਊਟ ਇੰਡੀਆ We're going to be holding camps where there's going to be training. And we have just signed a contract with Hrithik Roshan. We're right. training him up for the next show. His movie. His next movie. Chris 2. Okay. Yeah. So we train karna, to contract to train Hrithik Roshan on the next movie. Yeah. We've sent the trainers there. They are working with under the banner of Sherwood Classic. Yeah. And we've got a number of other Bollywood artists who are in line now who... We're taking... And you can see our body. And cricket team as well. Achha. For the fitness regime. Anji. One of the IPL teams had the contract, chalda, but on the day of the media announced... What do you do? Cut the IPL. What do you do? Cricket. The rest of the actor is not the main purpose is that not only bodybuilding, average, you know, general health... Health and fitness the awareness. Yes. Right. ਹੁਣ ਅਸੀਂ ਆਉਣੇ ਬ੍ਰੇਕ ਵੱਲ ਐਂਡ ਸੂਨ ਐਸ ਵੀ ਕਮ ਬੈਕ ਫਰੋਮ ਬ੍ਰੇਕ ਫਿਰ ਅਸੀਂ ਤੁਹਾਡੇ ਸ਼ੈਡੋ ਕਲਾਸਿਕ ਦਾ ਸ਼ੋਅ ਦਿਖਾਵਾਂਗੇ ਪਬਲਿਕ ਨੂੰ ਜੋ ਹੈਗਾ ਸੋ ਫਿਲਹਾਲ ਅਸੀਂ ਬ੍ਰੇਕ ਵੱਲ ਜਾਂਦੇ ਹਾਂ ਐਂਡ ਸੂਨ ਐਸ ਵੀ ਕਮ ਬੈਕ ਵੀਲ ਗੋ ਸਟ੍ਰੇਟ ਟੂ ਦ ਕਲਿੱਪ ਮੈਂ ਤੁਹਾਨੂੰ ਮਿਲਦਾ ਬ੍ਰੇਕ ਤੋਂ ਬਾਅਦ ਮੈਂ ਤੁਹਾਡਾ ਹਰਜਾਬ ਤੇ ਹਰੇਕ ਮੰਡੇ 7 ਵਜੇ ਤੁਸੀਂ ਤੇ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ ਸਾਡੇ ਬੱਚਿਆਂ ਦੀਆਂ ਸਾਡੇ ਬਾਹਰ ਰਹਿੰਦੇ NRI ਦੀਆਂ ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾਬ